ਕਲੂਕਾ ਰੇ ਦੇ ਮੌਕੇ ਮੰਗਲਵਾਰ ਸ਼੍ਰੀ ਹਰਿਮੰਦਰ ਸਾਹਿਬ 'ਚ ਖਾਲਿਸਤਾਨ ਸਮਰਥਕਾਂ ਨੇ ਕੰਪਲੈਕਸ ਦੇ ਅੰਦਰ ਨਾਅਰੇਬਾਜ਼ੀ ਕੀਤੀ ਜਿਸ ਨਾਲ ਕਿ ਮਾਹੌਲ ਤਣਾਅਪੂਰਨ ਹੋ ਗਿਆ। ਪਰ ਇਸ ਦੌਰਾਨ SGPC ਦੇ ਟਾਸਕ ਫੋਰਸ ਅਤੇ ਨਾਲ ਹੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਵਿੱਚ ਕਰ ਲਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਅਤੇ ਨਾਲ ਹੀ 1984 'ਚ ਇਸ ਸਥਾਨ ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਤੇ ਛੋਟੀ ਛੋਟੀ ਬਹਿਸ ਹੋਈ ਤੇ ਸਮਾਗਮ ਖਤਮ ਹੋ ਗਿਆ। ਇਸ ਮੌਕੇ ਤੇ ਅਕਾਲ ਤਖ਼ਤ ਸਾਹਿਬ ਦੇ ਕੰਪਲੈਕਸ 'ਚ ਆਏ ਲੋਕਾਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਪੜ੍ਹਨ ਦੇ ਨਾਲ ਹੀ ਸੰਦੇਸ਼ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਖਾਲਿਸਤਾਨ ਸਮਰਥਕ ਨਾਅਰੇ ਲਗਾਉਂਦੇ ਹੋਏ ਸ਼ਾਮੇਆਨੇ ਤੇ ਚੜ੍ਹ ਗਏ। ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਈ ਵੱਖਵਾਦੀ ਨੇਤਾਵਾਂ ਨੇ ਵੀ ਸ਼ਾਮਿਲ ਹੋਏ। ਇਸ ਦੌਰਾਨ ਸਰਬੱਤ ਖਾਲਸਾ ਦੇ ਜਥੇਦਾਰ ਨੇ ਆਪਣਾ ਵੱਖ ਸੰਦੇਸ਼ ਕੌਮ ਦੇ ਨਾਮ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਭਜਨ ਸਿੰਘ ਦੇ ਸੰਦੇਸ਼ ਨੂੰ ਨਕਾਰ ਦਿੱਤਾ। ਉਹਨਾਂ ਨੇ ਕਿਹਾ ਕਿ ਜੋ ਮਾਰੇ ਗਏ ਲੋਕਾਂ ਦੀ ਸੋਚ ਸੀ ਉਹਨਾਂ ਨੇ ਉਸ ਨੂੰ ਉਜਾਗਰ ਕਰਨ ਲਈ ਅੱਜ ਸੰਦੇਸ਼ ਦੇ ਮਾਧਿਅਮ ਨਾਲ ਯਤਨ ਕੀਤਾ ਗਿਆ ਹੈ। ਨਾਲ ਹੀ ਖਾਲਸਾ ਪੰਥ ਅੱਜ ਇਕੱਠਾ ਹੋਇਆ ਹੈ, ਉਹ ਇੱਕ ਦਰਦ ਕਾਰਨ ਇਕੱਠਾ ਹੋਇਆ ਹੈ। ਅਸੀਂ ਨਹੀਂ ਖੱਲਟ ਪਾਇਆ, ਉਹਨੂੰ ਕੋਈ ਜਥੇਦਾਰ ਹੀ ਨਹੀਂ ਮੰਨਦਾ, ਉਹ ਤੇ ਜ਼ਬਰਦਸਤੀ ਠੋਸਿਆ ਜਾ ਰਿਹਾ। ਉਹਨੂੰ ਪੰਥ ਨੇ ਰੱਦ ਕੀਤਾ ਹੋਇਆ, ਉਹਨੂੰ ਕੌਣ ਸੁਣੂਗਾ? ਜ਼ਬਰਦਸਤੀ ਲਿਆ ਕੇ ਸੰਦੇਸ਼ ਪੜਾਓਗੇ ਤੇ ਕੌਮ ਬਰਦਾਸ਼ਤ ਨਹੀਂ ਕਰਦੀ। ਇਹ ਕੌਮ ਦਾ ਆਪਣਾ ਫੈਸਲਾ, ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਕੌਮ ਨੇ। ਔਰ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ ਕਿ ਜਦੋਂ ਉਹ ਨਕਾਰੇ ਹੋਏ ਜਥੇਦਾਰ ਤੋਂ ਸੰਦੇਸ਼ ਪੜਾਇਆ ਜਾ ਰਿਹਾ ਸੀ ਤੇ ਮੈਂ ਕਹਿੰਦਾ ਅਕਾਲ ਤਖ਼ਤ ਦੇ ਬੂਹੇ ਪਹਿਲੀ ਵਾਰੀ ਬੰਦ ਹੋਏ ਨੇ। ਬੂਹੇ ਬੰਦ ਕਰਕੇ ਕਿਉਂ? ਉਹ ਜਿਹੜਾ ਇਹਨਾਂ ਦਾ ਜਿਹੜਾ ਸ਼ੇਰ ਬਣਾਇਆ, ਉਹ ਬੂਹੇ ਬੰਦ ਕਰਕੇ ਕਿਉਂ ਸੰਦੇਸ਼ ਪੜਦਾ? ਆ ਸੰਗਤ ਦੇ ਸਾਹਮਣੇ ਪੜੇ। ਔਰ ਜਿਹੜਾ ਬੀਬੀ ਵੈਰੋ ਕੇ ਨੂੰ, ਮਨਜੀਤ ਕੌਰ ਨੂੰ ਟਾਸਕ ਫੋਰਸ ਵੱਲੋਂ ਅਕਾਲ ਤਖ਼ਤ ਦੇ ਅੰਦਰ ਕੁੱਟਮਾਰ ਕੀਤੀ ਗਈ ਆ, ਇਹਦਾ ਕੌਮ ਜਵਾਬ ਮੰਗੂਗੀ, ਦੇਣਾ ਪਊਗਾ। ਇਹ ਬਹੁਤ ਮੰਦਭਾਗੀ ਘਟਨਾ। ਉੱਥੇ ਇਸ ਮੌਕੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਅੱਜ ਇਹ ਸੰਦੇਸ਼ ਕੌਮ ਨੂੰ ਇਕਜੁੱਟ ਕਰਨ ਲਈ ਹੈ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਰੀ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ ਦੇ ਦੁਆਰੇ ਆਏ, ਜਿਸ ਨਾਲ ਕੌਮ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਯਾਦ ਕੀਤਾ ਗਿਆ ਹੈ ਜੋ ਅੱਜ ਦੇ ਦਿਨ ਸ਼ਹੀਦ ਹੋਏ ਸਨ। ਅੱਜ ਉਹਨਾਂ ਨੂੰ ਯਾਦ ਕਰਨਾ ਜ਼ਰੂਰੀ ਹੈ। ਜੋ ਕੌਮ ਤੋਂ ਵੱਖ ਸੰਦੇਸ਼ ਦੇਣ ਦੀ ਗੱਲ ਕਰ ਰਿਹਾ ਉਹ ਗਲਤ ਹੈ। ਉਹਨਾਂ ਦੇ ਬਾਰੇ ਤੋ ਉਹ ਤੁਸੀਂ ਆਪ ਹੀ ਜਾਣਦੇ, ਉਹਨਾਂ ਦਾ ਕੰਮ ਹੀ ਇਹੀ, ਉਹਨਾਂ ਦੀ ਵੀ ਡਿਊਟੀ ਇਹ ਲੱਗੀ ਹੈ। ਆਪਾਂ ਆਮ ਦੇਖਦੇ ਹਾਂ ਕਿਸੇ ਘਰ ਦੇ ਵਿੱਚ ਕੋਈ ਬੱਚਾ ਚੜ੍ਹਾਈ ਕਰ ਜੇ, ਭਾਈ ਚੜ੍ਹਾਈ ਕਰ ਜੇ, ਪਿਤਾ ਚੜ੍ਹਾਈ ਕਰ ਜੇ, ਕੋਈ ਮਾਮਾ ਭਾਣਜਾ ਚੜ੍ਹਾਈ ਕਰ ਜੇ, ਕਿ ਉਹਨਾਂ ਦੇ ਭੋਗਾਂ ਦੇ ਉੱਤੇ ਆਪਾਂ ਰੌਲਾ ਪਾਉਂਦੇ ਹਾਂ। ਜੇ ਰੌਲਾ ਪਾਉਂਦੇ ਹਨ ਤਾਂ ਇਹਨਾਂ ਨੂੰ ਪਾਉਣ ਦਾ ਹੱਕ ਹੈ। ਜੇ ਇਹ ਆਣ ਕੇ ਸ਼ਹੀਦਾਂ ਦੇ ਅਸਥਾਨਾਂ 'ਤੇ ਰੌਲਾ ਪਾਉਂਦੇ ਨੇ, ਇਹਨਾਂ ਦਾ ਮਤਲਬ ਹੈ ਸ਼ਹੀਦਾਂ ਨਾਲ ਇਹਨਾਂ ਦਾ ਕੋਈ ਸਤਿਕਾਰ ਨਹੀਂ, ਸ਼ਹੀਦਾਂ ਦਾ ਇਹਨਾਂ ਦੇ ਮਨਾਂ ਵਿੱਚ ਕੋਈ ਪਿਆਰ ਨਹੀਂ। ਇਹ ਸਿਰਫ ਆਪਣੀ ਹਉਮੈ ਦੇ ਕਾਰਨ ਆਣ ਕੇ ਰੌਲਾ ਪਾ ਕੇ ਆਪ ਵੀ ਔਰ ਸੰਗਤਾਂ ਨੂੰ ਗੁਰੂ ਸ਼ਬਦ ਗੁਰੂ ਦੇ ਨਾਲੋਂ ਤੋੜਨ ਦਾ ਯਤਨ ਕਰਦੇ ਨੇ। ਇਸ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਰਿਆਂ ਨਾਲ ਇਸ ਦਿਵਸ ਦੀ ਸਮਾਪਤੀ ਹੋਈ। ਇਸ ਦੌਰਾਨ ਮੌਕੇ ਤੇ ਪੁਲਿਸ ਵੀ ਭਾਰੀ ਮਾਤਰਾ ਵਿੱਚ ਮੌਜੂਦ ਸੀ, ਜਿਸ ਨਾਲ ਕਿ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਅਤੇ ਹਨੀ ਮਹਿਰਾ, ਜੀਵੇ ਪੰਜਾਬ ਦੇ ਲਈ।